हेलो डियर स्टूडेंट्स वेलकम बैक टू माय YouTube चैनल सो बच्चे काफी दिन तो जेड़ा ਤੁਸੀਂ ਪ੍ਰੀ ਬੋਰਡ ਦੇ एग्जाम ਦੇ ਲਈ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ ਕਿ ਕਦੋਂ ਤੁਹਾਡੀ ਡੇਟ ਸ਼ੀਟ ਆਏਗੀ ਸੋ ਬੱਚੇ ਆਫੀਸ਼ੀਅਲੀ ਜਿਹੜੀ ਤੁਹਾਡੀ ਡੇਟ ਸ਼ੀਟ ਹੈ ਉਹ ਆ ਚੁੱਕੀ ਆ ਤੁਸੀਂ psb.ac.in ਤੋਂ ਡਾਊਨਲੋਡ ਵੀ ਕਰ ਸਕਦੇ ਹੋ ਸੋ ਪ੍ਰੀ ਬੋਰਡ 2023 ਸੰਬੰਧ ਵਿੱਚ بچے ਤੁਸੀਂ ਹੈਡਲਾਈਨ ਜਿਹੜੀ ਹੈ ਦਾ ਸਭ ਟਾਈਟਲ ਹੈ ਉਹ ਤੁਸੀਂ ਪੜ੍ਹ ਸਕਦੇ ਆ ਉਪਰੋਕਤ ਵਿਸ਼ੇਵਲ ਧਿਆਨ ਦੇਣ ਦੀ ਖਿਚਲ ਕੀਤੀ ਜਾਵੇ ਸਾਲਾਨਾ ਪ੍ਰੀਖਿਆ 2023 ਨੂੰ ਧਿਆਨ ਵਿੱਚ ਰੱਖਦੇ ਹੋਏ ਮਿਤੀ ਜਨਵਰੀ 2022 ਅ 23 ਤੋਂ ਰਾਜ ਦੇ ਸਰਕਾਰੀ ਸਕੂਲ ਦੇ ਸਿਰਫ ਬੋਰਡ ਜਮਾਤਾਂ ਦੇ ਵਿਦਿਆਰਥੀਆਂ ਲਈ ਪ੍ਰੀ ਬੋਰਡ ਪ੍ਰੀਖਿਆ ਕਰਵਾਈ ਜਾਣੀ ਹੈ ਸੋ ਬੱਚੇ ਸਿਰਫ ਬੋਰਡ ਦੇ ਇਗਜ਼ਾਮ ਜਿੱਦਾਂ 10th 12th ਕਲਾਸ ਆ ਇਹ ਬੋਰਡ ਦੀਆਂ ਬੱਚੇ ਕਲਾਸਿਸ ਆ ਇਹਨਾਂ ਦੇ ਪ੍ਰੀ ਬੋਰਡ ਹੋਣਗੇ ਇਸ ਸੰਬੰਧ 5ਵੀਂ 8ਵੀਂ 10ਵੀਂ 12ਵੀਂ ਜਮਾਤਾਂ ਲਈ ਸਾਂਝੇ ਤੌਰ ਤੇ ਤਿਆਰ ਕੀਤੀ ਗਈ ਡੇਟ ਸ਼ੀਟ ਹੇਠ ਅਨੁਸਾਰ ਹੈ ਸੋ ਬੱਚੇ ਤੁਸੀਂ ਡੇਟ ਸ਼ੀਟ ਦੇਖ ਸਕਦੇ ਹੋ 5th ਔਰ 8th 10th ਕਲਾਸ ਦੀ ਬੱਚੇ ਡੇਟ ਸ਼ੀਟ 10th ਕਲਾਸ ਦਾ ਜਿਹੜਾ ਪਹਿਲਾ ਪੇਪਰ ਹੈ ਬੱਚੇ 20th ਜਨਵਰੀ ਨੂੰ ਹੋਏਗਾ ਜਿਹੜਾ ਕਿ ਤੁਹਾਡਾ ਸਾਇੰਸ ਦਾ ਪੇਪਰ ਹੋਏਗਾ 21st ਨੂੰ ਜਿਹੜਾ ਤੁਹਾਡਾ ਪੰਜਾਬੀ B ਦਾ ਪੇਪਰ ਹੋਏਗਾ 23rd ਨੂੰ ਸਮਾਜਿਕ ਸਿੱਖਿਆ ਦਾ ਪੇਪਰ ਹੋਏਗਾ 24th ਨੂੰ ਵੈਲਕਮ ਲਾਈਫ ਦਾ ਪੇਪਰ ਹੋਏਗਾ ਸੋ ਬੱਚੇ ਤੁਸੀਂ ਆਪਣੀ ਡੇਟ ਸ਼ੀਟ ਜਿਸ ਵੀ ਕਲਾਸ ਦੇ ਬੱਚੇ ਇਹ ਵੀਡੀਓ ਦੇਖ ਰਹੇ ਆ ਬੱਚੇ ਆਪਣੀ ਆਪਣੀ ਕਲਾਸ ਦੇ ਅਕੋਰਡਿੰਗਲੀ ਜਿਹੜਾ ਤੁਸੀਂ ਆਪਣੇ ਸਬਜੈਕਟ ਦੇਖ ਸਕਦੇ ਹੋ ਨੈਕਸਟ ਬੱਚੇ 12th ਕਲਾਸ ਦੀ ਜੋ ਡੇਟ ਸ਼ੀਟ ਹੈ ਸਿਮਿਲਰਲੀ ਹਿਮਨਿਟੀਜ਼ ਗਰੁੱਪ ਆਰਟਸ ਗਰੁੱਪ ਆ ਜਿਹੜਾ ਥੈਨ ਸਾਇੰਸ ਸਟਰੀਮ ਆ ਸਾਇੰਸ ਮੈਡੀਕਲ ਨਾਨ ਮੈਡੀਕਲ ਕਮਰਸ ਤੇ ਵੋਕੇਸ਼ਨਲ ਗਰੁੱਪ ਸੋ ਬੱਚੇ 20th ਜਨਵਰੀ ਮਤਲਬ ਕਿ ਸ਼ੁੱਕਰਵਾਰ ਦਿਨ ਪਹਿਲਾ ਹੀ ਪੇਪਰ ਬੱਚੇ ਤੁਹਾਡਾ ਫਿਜ਼ਿਕਸ ਦਾ ਹੋਏਗਾ 21 ਨੂੰ ਜਰਨਲ ਇੰਗਲਿਸ਼ ਦਾ ਪੇਪਰ ਹੋਏਗਾ ਇੱਕ ਛੁੱਟੀ ਤੋਂ ਬਾਅਦ 23 ਨੂੰ ਬੱਚੇ ਤੁਹਾਡਾ ਕੈਮਿਸਟਰੀ ਦਾ ਪੇਪਰ ਹੋਏਗਾ 24 ਨੂੰ ਜਰਨਲ ਪੰਜਾਬੀ 25 ਨੂੰ ਵੈਲਕਮ ਲਾਈਫ 28 ਨੂੰ ਮੈਥ ਦਾ ਪੇਪਰ ਹੋਏਗਾ ਔਰ 30 ਨੂੰ ਬਾਇਓਲੋਜੀ ਦਾ ਪੇਪਰ ਹੋਏਗਾ 31 ਨੂੰ ਬੱਚੇ ਤੁਹਾਡਾ ਕੰਪਿਊਟਰ ਸਾਇੰਸ ਦਾ ਪੇਪਰ ਹੋਏਗਾ ਔਰ ਲਾਸਟ ਦੇ ਵਿੱਚ ਤੁਹਾਡਾ ਈਵੀਐਸ ਮਤਲਬ ਕਿ ਵਾਤਾਵਰਣ ਸਿੱਖਿਆ ਦਾ ਤੁਹਾਡਾ ਜਿਹੜਾ ਪੇਪਰ ਹੋਏਗਾ ਸੋ ਕੁਝ ਬੱਚੇ ਜਿਹੜੇ ਨੋਟੀਫਿਕੇਸ਼ਨਸ ਆ ਕੁਝ ਹਦਾਇਤਾਂ ਜਿਹੜੀਆਂ ਤੁਹਾਨੂੰ ਦਿੱਤੀਆਂ ਗਈਆਂ ਆ ਸਕੂਲ ਮੁਖੀ ਉਪਰੋਕਤ ਡੇਟਸ਼ੀਟ ਵਿੱਚ ਦਰਸਾਈ ਵਿਸ਼ਿਆਂ ਤੋਂ ਇਲਾਵਾ 12ਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਚੁਣੇਗੇ ਵਾਧੂ ਵਿਸ਼ਿਆਂ ਦੀ ਡੇਟਸ਼ੀਟ ਆਪਣੇ ਪੱਧਰ ਤੇ ਬਣਾਉਣਗੇ ਬੱਚੇ ਜਿਹਦਾ ਹੋਮ ਸਾਇੰਸ ਹੋ ਗਿਆ ਫਿਜ਼ੀਕਲ ਐਜੂਕੇਸ਼ਨ ਹੋ ਗਿਆ ਕੁਝ ਇੱਕ ਸਬਜੈਕਟਸ ਜਿਹੜੇ ਆ ਤੁਹਾਡੇ ਡੇਟ ਸ਼ੀਟ ਦੇ ਵਿੱਚ ਨਹੀਂ ਦੇਖਣ ਨੂੰ ਮਿਲਣਗੇ ਉਹ ਵਾਲੀ ਜਿਹੜੀ ਡੇਟ ਸ਼ੀਟ ਆ ਜਿਹਦਾ ਬੱਚੇ ਇਲੈਕਟਿਵ ਪੰਜਾਬੀ ਇਲੈਕਟਿਵ ਇੰਗਲਿਸ਼ ਇਦਾਂ ਦਾ ਕੋਈ ਵੀ ਸਬਜੈਕਟ ਹੋਏਗਾ ਤਾਂ ਜਿਹੜਾ ਸਕੂਲ ਆ ਉਹ ਆਪਣੇ ਪੱਧਰ ਤੇ ਤੁਹਾਨੂੰ ਜਿਹੜੀਆਂ ਡੇਟਸ ਆ ਉਹ ਦੇਣਗੇ ਸੋ 2 2 2023 ਤੱਕ ਜਿਹੜੀ ਇਹ ਡੇਟ ਸ਼ੀਟ ਖਤਮ ਹੋ ਜਾਣੀ ਚਾਹੀਦੀ ਆ ਮਤਲਬ ਕਿ 2 ਫਰਵਰੀ ਦੇ ਵਿੱਚ ਵਿੱਚ ਤੁਹਾਡੀਆਂ ਡੇਟਸ ਜਿਹੜੀਆਂ ਆ ਮੈਂਸ਼ਨ ਕਰ ਦਿੱਤੀਆਂ ਜਾਣਗੀਆਂ ਜੇ ਕੋਈ ਵੀ ਡੇਟ ਕੋਈ ਵੀ ਸਬਜੈਕਟ ਡੇਟ ਸ਼ੀਟ ਦੇ ਵਿੱਚ ਮੈਂਸ਼ਨ ਨਾ ਹੋਵੇ 5ਵੀਂ 8ਵੀਂ 10ਵੀਂ 12ਵੀਂ ਜਮਾਤਾਂ ਦੀ ਪ੍ਰੀ ਬੋਰਡ ਪ੍ਰੀਖਿਆ ਪੂਰੇ ਸਿਲੇਬਸ ਵਿੱਚੋਂ ਲਈ ਜਾਵੇਗੀ ਸਕੂਲ ਮੁਖੀ ਆਪਣੇ ਪੱਧਰ ਤੇ ਸੰਬੰਧ ਵਿਸ਼ਿਆਂ ਅਧਿਆਪਕ ਤੋਂ ਪ੍ਰੀ ਬੋਰਡ ਪ੍ਰੀਖਿਆ ਲਈ ਪ੍ਰਸ਼ਨ ਪੱਤਰ ਤਿਆਰ ਕਰਵਾਉਣਗੇ ਸੋ ਬੱਚੇ ਸਭ ਤੋਂ ਮੋਸਟ ਇੰਪੋਰਟੈਂਟ ਚੀਜ਼ ਜਿਹੜੀ ਸਭ ਤੋਂ ਜ਼ਿਆਦਾ ਬੱਚੇ ਪੁੱਛਦੇ ਆ ਕਿ ਜਿਹੜੇ ਪ੍ਰੀ ਬੋਰਡ ਦੇ ਜੋ ਪੇਪਰ ਹੋਣਗੇ ਉਹ ਕਿੱਥੇ ਬਣਾਏ ਜਾਣਗੇ ਤਾਂ ਤੁਹਾਡੇ ਸਕੂਲ ਦੇ ਟੀਚਰਸ ਹੀ ਸਕੂਲ ਮੁਖੀ ਜਿਹੜੇ ਸਕੂਲ ਪੱਧਰ ਦੇ ਅਧਿਆਪਕ ਹੋਣਗੇ ਉਹਨਾਂ ਤੋਂ ਹੀ ਪੇਪਰ ਜਿਹੜਾ ਤਿਆਰ ਕਰਵਾਉਣਗੇ ਇਸ ਦਾ ਪੈਟਰਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਨਵੇਂ ਪੈਟਰਨ ਮੁਤਾਬਕ ਇੱਕ ਪੂਰੇ ਅੰਕਾ ਦਾ ਹੋਣਾ ਇਹ ਕਿੰਨੀ ਬਣਾਇਆ ਜਾਵੇਗਾ ਜੋ ਬੱਚੇ ਤੁਹਾਡੀ ਨਿਊ ਮਾਰਕਿੰਗ ਸਕੀਮ ਆਈ ਹੈ 2022-23 ਦੀ ਉਹਦੇ ਅਕੋਰਡਿੰਗਲੀ ਹੀ ਤੁਹਾਡਾ ਜਿਹੜਾ ਮਾਰਕਿੰਗ ਸਕੀਮ ਸੈੱਟ ਕੀਤੀ ਜਾਏਗੀ ਸੋ ਪੇਪਰ ਦਾ ਟਾਈਮ ਬੱਚੇ 10:30 ਤੋਂ ਲੈ ਕੇ 1:30 ਵਜੇ ਤੱਕ ਦਾ ਹੋਏਗਾ ਮਤਲਬ 3 ਘੰਟੇ ਦਾ ਤੁਹਾਡਾ ਪੇਪਰ ਹੋਏਗਾ ਸਕੂਲ ਮੁਖੀ ਪ੍ਰੀ ਬੋਰਡ ਦਾ ਪੇਪਰ ਹੁਣ ਉਪਰੰਤ ਉੱਤਰ ਪੱਤਰੇ ਦਾ ਵਿਸ਼ਾ ਅਧਿਆਪਕ ਦੁਆਰਾ ਣਾਲੋ ਦੇ ਨਾਲ ਚੈੱਕ ਕਰਵਾ ਕੇ ਵਿਦਿਆਰਥੀਆਂ ਵੱਲੋਂ ਪ੍ਰਾਪਤ ਅੰਕਾਂ ਨੂੰ ਸਕੂਲ ਸਿੱਖਿਆ ਬੋਰਡ ਵੱਲ ਜਾਰੀ ਕੀਤੇ ਜਾਣ ਵਾਲੇ ਪੋਰਟਲ ਲਿੰਕ Google Sheet ਵਿੱਚ 2-3 ਦਿਨ ਦੇ ਅੰਦਰ-ਅੰਦਰ ਅਪਲੋਡ ਕਰਨਾ ਯਕੀਨੀ ਹੋਵੇਗਾ। ਸੋ ਜਿਸ ਦਿਨ ਬੱਚੇ ਤੁਹਾਡਾ ਜਦੋਂ ਪਹਿਲੇ ਪੇਪਰ ਤੁਹਾਡਾ ਫਿਜ਼ਿਕਸ ਆਇਆ 2 ਦਿਨ ਦੇ ਅੰਦਰ-ਅੰਦਰ ਪੇਪਰ ਚੈੱਕ ਕਰਕੇ ਤੁਹਾਡੇ ਟੀਚਰਜ਼ ਨੂੰ ਜਿਹੜਾ ਆ ਨੰਬਰ ਆ ਉਹ ਅਪਲੋਡ ਕਰਨੇ ਪੈਣਗੇ ਤੁਹਾਡੀ ਪੋਰਟਲ ਦੇ ਉੱਪਰ। ਸਕੂਲ ਮੁਖੀ ਪ੍ਰੀ ਬੋਰਡ ਪ੍ਰੀਖਿਆ ਖਤਮ ਹੋਣ ਉਪਰੰਤ ਸਾਰੇ ਵਿਸ਼ਿਆਂ ਦਾ ਮੁਲਾਂਕਣ ਮਤਲਬ ਕਿ ਜੋ ਵੀ ਤੁਹਾਡਾ ਰਿਜ਼ਲਟ ਹੋਏਗਾ ਬੱਚੇ 5 ਫਰਵਰੀ ਤੱਕ ਜਿਹੜਾ ਆ ਤੁਹਾਡੀ ਲਿੰਕਸ ਦੇ ਉੱਪਰ ਜਿਹੜਾ ਹੋਏਗਾ ਉਹਨੂੰ ਜਾਰੀ ਕਰ ਦਿੱਤਾ ਜਾਏਗਾ ਅਪਲੋਡ ਕਰ ਦਿੱਤਾ ਜਾਏਗਾ ਆਈਸੀਟੀ ਇਸ ਕੰਮ ਨੂੰ ਸਮੇਂ ਸਿਰ ਮੁਲੰਕਣ ਕਰਵਾਏਗਾ ਮਤਲਬ ਕਿ ਬੱਚੇ ਜਿਹੜੇ ਡੀਐਮ ਹੋਣਗੇ ਉਹ ਜਿਹੜਾ ਆ ਪੂਰੀ ਚੀਜ਼ਾਂ ਤੇ ਨਿਗਰਾਨੀ ਰੱਖਣਗੇ ਵੀ ਕੰਮ ਹੋ ਰਿਹਾ ਹੈ ਕਿ ਨਹੀਂ ਹੋ ਰਿਹਾ ਟਾਈਮ ਤੇ ਹੋ ਰਿਹਾ ਐਕਸਟਰਾ ਸੋ ਬੱਚੇ ਕੁਝ ਇੱਕ ਪੁਆਇੰਟਸ ਆ ਜਿਹੜੇ ਕਿ ਤੁਹਾਡੇ ਸਕੂਲ ਲੈਵਲ ਦੇ ਪੁਆਇੰੰਟਸ ਆ ਸੋ ਇਸ ਪ੍ਰੀਖਿਆ ਦੇ ਆਧਾਰ ਤੇ ਹੀ CCE ਤੇ ਇੰਟਰਨਲ ਚੁਆਇਸ ਜਿਹੜੀ ਬੱਚੇ ਤੁਹਾਡੇ ਇੰਟਰਨਲ ਅਸੈਸਮੈਂਟ ਦੇ ਮਾਰਕਸ ਲੱਗਦੇ ਆ ਪੰਜਾਬ ਸਿੱਖਿਆ ਸਕੂਲ ਬੋਰਡ ਦੇ ਪੋਰਟਲ ਤੇ ਭਰੇ ਜਾਣੇ ਹਨ ਇਸ ਲਈ PSCB ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸਮੂਹਿਕ ਬੋਰਡ ਜਮਾਤਾ ਦੇ ਵਿਦਿਆਰਥੀਆਂ ਦਾ CCE ਦੇ ਅੰਕ PSCB ਦੇ ਪੋਰਟਲ ਤੇ ਮਿਤੀ 25 2023 ਤੱਕ ਅਪਲੋਡ ਕਰਨੀ ਵੀ ਯਕੀਨੀ ਹੋਵੇਗੀ ਸੋ ਬੱਚੇ 25 ਫਰਵਰੀ ਤੱਕ ਜਿਹੜੀ ਤੁਹਾਡੀ ਆ ਆਹ ਸੀਸੀ ਦੇ ਨੰਬਰ ਜਿਹੜੇ ਬੱਚੇ ਅਪਲੋਡ ਕਰਨੇ ਆ ਇਹਦੇ ਵਿੱਚ ਹੀ ਤੁਹਾਡੀ ਅਟੈਂਡੈਂਸ ਆ ਜਾਏਗੀ ਇਹਦੇ ਵਿੱਚ ਹੀ ਤੁਹਾਡੇ ਪ੍ਰੀ ਬੋਰਡ ਦੇ ਮਾਰਕਸ ਦੇ ਮਾਰਕਸ ਐਕਸਟਰਾ ਸਾਰਾ ਕੁਝ ਆ ਜਾਏਗਾ ਸੋ 25 ਫਰਵਰੀ ਤੱਕ ਬੱਚੇ ਤੁਹਾਡੇ ਮਾਰਕਸ ਜਿਹੜੇ ਆ ਤੁਹਾਡੀ ਅਟੈਂਡੈਂਸ ਜਿਹੜੀ ਆ ਉਹ ਅਪਲੋਡ ਹੋ ਜਾਏਗੀ ਠੀਕ ਹੈ ਜੀ ਸੋ ਬੱਚੇ ਅਫੀਸ਼ੀਅਲ ਨੋਟਿਸ ਆ ਤੁਸੀਂ pscb.ac.in ਤੋਂ ਵੀ ਅਪਲੋਡ ਕਰ ਸਕਦੇ ਆ ਸੋ ਬੱਚੇ ਹੁਣ ਬਿਲਕੁਲ ਵੀ ਟਾਈਮ ਵੇਸਟ ਨਾ ਕਰਦੇ ਹੋਏ ਆਪਣੇ ਪੇਪਰ ਦੀ ਤਿਆਰੀ ਬਹੁਤ ਅੱਛੇ ਤਰੀਕੇ ਨਾਲ ਖਿੱਚ ਲੋ ਜਿਹੜੇ ਵਿਦਿਆਰਥੀ ਮੇਰੇ ਨਾਲ ਮੇਰੇ ਚੈਨਲ ਦੇ ਉੱਪਰ ਫਿਜ਼ਿਕਸ ਦੇ ਟੈਸਟ ਦੇ ਰਹੇ ਆ ਬੱਚੇ ਬਹੁਤ ਅੱਛੇ ਤਰੀਕੇ ਨਾਲ ਟੈਸਟ ਪ੍ਰਪੇਅਰ ਕਰੋ ਤਾਂ ਕਿ 20th ਫੈਬਰੂਅਰੀ ਵਾਲਾ ਪੇਪਰ ਤੁਸੀਂ ਬਹੁਤ ਜ਼ਿਆਦਾ ਅੱਛੇ ਤਰੀਕੇ ਨਾਲ ਕਰਕੇ ਆ ਸਕੋ ਔਰ ਮੈਨੂੰ ਪੂਰੀ ਉਮੀਦ ਆ ਬੱਚੇ ਜਿਹੜੇ ਬੱਚੇ ਮੇਰੇ ਨਾਲ ਜੁੜੇ ਹੋਏ ਆ ਉਹਨਾਂ ਦੇ 70 'ਚੋਂ 70 ਨੰਬਰ ਬਹੁਤ ਆਸ ਸੋ ਜਾਣ ਤੋਂ ਪਹਿਲਾਂ ਤੁਸੀਂ ਵੀਡੀਓ ਨੂੰ ਲਾਈਕ ਕਰਨਾ ਹੈ ਮੈਕਸਿਮਮ ਸ਼ੇਅਰ ਕਰਨਾ ਹੈ ਅਗਰ ਚੈਨਲ ਤੇ ਫਸਟ ਟਾਈਮ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਥੈਂਕ ਯੂ ਸੋ ਮੱਚ